ਭਗਤ ਧੰਨਾ ਜੀ ਦਾ ਜਨਮ ਇੱਕ ਗਰੀਬ ਜੱਟ ਦੇ ਘਰ ਹੋਇਆ। ਜਦੋਂ ਕੁਝ ਹੋਸ਼ ਸੰਭਾਲੀ ਤਦ ਮਾਪਿਆਂ ਵੱਲੋਂ ਗਊਆਂ ਚਰਾਵਣ ਦੀ ਜ਼ਿੰਮੇਵਾਰੀ ਸੌਂਪੀ ਗਈ। ਧੰਨਾ ਜੀ ਜਿੱਧਰ ਗਊਆਂ ਚਰਨ ਜਾਂਦੇ ਉੱਧਰ ਇੱਕ ਪੰਡਿਤ ਨੂੰ ਤਲਾਬ ਦੇ ਕੰਢੇ ਠਾਕਰਾਂ ਦੀ ਪੂਜਾ ਕਰਦੇ ਵੇਖਦੇ ਰਹਿੰਦੇ ਸੀ। ਭਗਤ ਧੰਨਾ ਜੀ ਦੀ ਉਮਰ ਉਸ ਵੇਲੇ 12 ਵਰ੍ਹਿਆਂ ਦੀ ਸੀ। ਉਸ ਪੰਡਿਤ ਦਾ ਨਾਮ ਤਰਲੋਚਨ ਸੀ। ਉਹ ਚੰਗਾ ਕਥਾਕਾਰ ਸੀ। ਠਾਕੁਰ ਦੁਆਰੇ ਆਉਣ ਵਾਲੇ ਪ੍ਰੇਮੀਆਂ ਨੂੰ ਸੱਚੇ ਪ੍ਰੇਮ ਅਤੇ ਸਿਦਕ ਦੀਆਂ ਸਾਖੀਆਂ ਸੁਣਾਉਂਦਾ, ਪਰ ਉਸ ਦੇ ਆਪਣੇ ਹਿਰਦੇ ਵਿੱਚ ਪ੍ਰੇਮ ਦੀ ਥਾਂ ਲੋਭ, ਲਾਲਚ ਅਤੇ ਢਿੱਡ ਭਰਨ ਦੀ ਇੱਛਾ ਸੀ। ਇਸ ਕਰਕੇ ਬ੍ਰਾਹਮਣ ਦਾ ਮਨ ਪ੍ਰਭੂ ਪ੍ਰੀਤ ਤੋਂ ਸੱਖਣਾ ਰਿਹਾ। ਉਹ ਪ੍ਰਮਾਣ ਦਿੰਦਾ, ਬੇਅੰਤ ਸਾਖੀਆਂ ਸੁਣਾਉਂਦਾ, ਪਰ ਆਪ ਰਾਮ ਨਾਮ ਰੂਪੀ ਅੰਮ੍ਰਿਤ ਰਸ ਤੋਂ ਖਾਲੀ ਸੀ। ਕਰਮ ਕਾਂਢੀ ਬ੍ਰਾਹਮਣ ਕਥਾ ਕਰਦਿਆਂ ਦੱਸਦਾ ਕਿ ਠਾਕਰਾਂ ਦੀ ਪੂਜਾ ਕਰਨ ਨਾਲ ਸਭ ਪਦਾਰਥ ਪ੍ਰਾਪਤ ਹੋ ਜਾਂਦੇ ਹਨ। ਘਰ ਵਿੱਚ ਕੋਈ ਘਾਟ ਨਹੀਂ ਰਹਿੰਦੀ। ਚਾਰ ਪਦਾਰਥ ਅਰਥ, ਧਰਮ, ਕਾਮ, ਮੋਖ ਪ੍ਰਾਪਤ ਹੁੰਦੇ ਹਨ। ਇਸ ਮੁੱਖ ਗਿਆਨੀ ਕਥਾਕਾਰ ਪੰਡਿਤ ਤਰਲੋਚਨ ਨੂੰ ਪ੍ਰਭ ਜੀ ਤੇ ਉੱਕੀ ਸ਼ਰਧਾ ਨਹੀਂ ਸੀ, ਪਰ ਧੰਨਾ ਜੀ ਦਾ ਮਨ ਕਥਾਕਾਰ ਪੰਡਿਤ ਤਰਲੋਚਨ ਦੀ ਵਾਰਤਾਲਾਪ ਤੋਂ ਬਹੁਤ ਪ੍ਰਸੰਨ ਹੋਇਆ। ਧੰਨਾ ਜੀ ਭੋਲੇਪਨ ਵਿੱਚ ਨਾਮਦੇਵ ਜੀ ਵਾਂਗੂ ਸਮਝਦੇ ਸਨ ਕਿ ਠਾਕਰ ਸਭ ਕੁਝ ਖਾਂਦੇ ਪੀਂਦੇ ਹਨ। ਪ੍ਰੇਮ ਵਿੱਚ ਸ਼ਰਧਾ ਤੇ ਦ੍ਰਿੜਤਾ ਨੇ ਧੰਨਾ ਜੀ ਨੂੰ ਠਾਕਰਾਂ ਦੀ ਪੂਜਾ ਲਈ ਪ੍ਰੇਰਿਆ। ਪੰਡਿਤ ਜੀ ਨੂੰ ਦੂਜੇ ਦਿਨ ਜਾ ਬੇਨਤੀ ਕੀਤੀ, ਪੰਡਿਤ ਜੀ ਕਿਰਪਾ ਕਰੋ ਤਾਂ ਇਹ ਠਾਕੁਰ ਮੈਨੂੰ ਵੀ ਦੇ ਦਿਓ, ਮੈਂ ਵੀ ਤੁਹਾਡੇ ਵਾਂਗੂ ਠਾਕਰਾਂ ਦੀ ਪੂਜਾ ਕਰਾਂਗਾ ਅਤੇ ਜੋ ਮੇਰਾ ਮਨ ਚਾਹੇਗਾ ਮੰਗ ਲਵਾਂਗਾ। ਪੰਡਿਤ ਤਰਲੋਚਨ ਨੇ ਆਖਿਆ, ਠਾਕਰਾਂ ਦੀ ਪੂਜਾ ਬਹੁਤ ਔਖੀ ਹੈ, ਠਾਕੁਰ ਭਾਵ ਪੱਥਰ, ਪ੍ਰਭਾਤ ਵੇਲੇ ਉੱਠਣਾ ਪਵੇਗਾ, ਇਸ਼ਨਾਨ ਕਰਨਾ ਅਤੇ ਠਾਕਰਾਂ ਦਾ ਇਸ਼ਨਾਨ ਕਰਵਾਉਣਾ, ਧੂਪ ਦੀਪ ਕਰਨਾ, ਫਿਰ ਠਾਕਰਾਂ ਨੂੰ ਭੋਗ ਲਗਵਾਉਣ ਪਿੱਛੋਂ ਆਪ ਛਕਣਾ, ਪਰ ਇਹ ਕੰਮ ਤੇਰੇ ਪਾਸੋਂ ਨਹੀਂ ਹੋਣਾ, ਤੂੰ ਅਨਪੜ੍ਹ ਹੈ ਅਤੇ ਖੇਤੀਬਾੜੀ ਕੰਮ ਵਿੱਚੋਂ ਤੈਨੂੰ ਵਿਹਲ ਨਹੀਂ ਮਿਲਣੀ। ਇਵੇਂ ਤਰਲੋਚਨ ਨੇ ਬਹੁਤ ਟਾਲਮ ਟੋਲ ਕੀਤੀ। ਧੰਨਾ ਜੀ ਦੀ ਦ੍ਰਿੜਤਾ ਵੇਖ ਕੇ ਇੱਕ ਮੋਟਾ ਜਿਹਾ ਸਾਲ ਗ੍ਰਾਮ ਭਾਵ ਪੱਥਰ ਧੰਨੇ ਨੂੰ ਦਿੱਤਾ ਅਤੇ ਆਖਿਆ, ਇਹ ਸਭ ਠਾਕਰਾਂ ਦਾ ਗੁਰੂ ਹੈ, ਇਸ ਦੀ ਪ੍ਰੇਮ ਪੂਰਵਕ ਸੇਵਾ ਕਰਨੀ। ਪੰਡਿਤ ਨੇ ਦਕਸ਼ਣਾ ਮੰਗੀ ਤਦ ਧੰਨਾ ਜੀ ਨੇ ਸਜਰੀ ਸੂਈ ਗਊ ਤਰਲੋਚਨ ਨੂੰ ਦਿੱਤੀ ਅਤੇ ਪੂਜਾ ਵਿੱਚੋਂ ਜੋ ਪ੍ਰਾਪਤ ਹੋਵੇ ਉਸ ਦਾ ਅੱਧ ਵੀ ਤਰਲੋਚਨ ਨੂੰ ਦੇਣਾ ਪ੍ਰਵਾਨ ਕਰ ਲਿਆ। ਜਿਵੇਂ ਮੁਰਦੇ ਨੂੰ ਮੁੜ ਪ੍ਰਾਣਾਂ ਦੀ ਪ੍ਰਾਪਤੀ, ਪਪੀਹੇ ਨੂੰ ਸਵਾਤੀ ਬੂੰਦ ਦੀ ਪ੍ਰਾਪਤੀ, ਸੂਰਮੇ ਨੂੰ ਰਣ ਜਿੱਤਣ ਨਾਲ, ਹਾਰੇ ਜੁਆਰੀਏ ਨੂੰ ਮੁੜ ਧਨ ਪ੍ਰਾਪਤ ਹੋਣ ਨਾਲ, ਜੋਗੀ ਨੂੰ ਸਿੱਧੀ ਪ੍ਰਾਪਤੀ ਦੀ ਖੁਸ਼ੀ, ਬਿਰਧ ਉਮਰ ਵਿੱਚ ਪੁੱਤਰ ਦੀ ਪ੍ਰਾਪਤੀ, ਦਲਿੱਦਰੀ ਪੁਰਸ਼ ਨੂੰ ਕਲਪ ਬ੍ਰਿਸ਼ ਦੀ ਪ੍ਰਾਪਤੀ ਆਦਿ ਪਦਾਰਥਾਂ ਨਾਲ ਜਿਵੇਂ ਖੁਸ਼ੀ ਹੁੰਦੀ ਹੈ, ਇਸ ਨਾਲੋਂ ਬਹੁਤ ਜ਼ਿਆਦਾ ਖੁਸ਼ੀ ਧੰਨਾ ਜੀ ਨੂੰ ਪ੍ਰਾਪਤ ਹੋਈ। ਘਰ ਪੁੱਜ ਕੇ ਠਾਕੁਰ ਜੀ ਨੂੰ ਇੱਕ ਸੋਹਣੀ ਚੌਂਕੀ ਤੇ ਰੱਖ ਦਿੱਤਾ ਅਤੇ ਉੱਪਰ ਕੱਪੜਾ ਦੇ ਦਿੱਤਾ। ਭੋਲੇ ਭਗਤ ਦਾ ਮਨ ਬਹੁਤ ਉਮਾਹ ਵਿੱਚ ਸੀ। ਪੰਡਿਤ ਤਰਲੋਚਨ ਨੇ ਇੱਕ ਮੋਟਾ ਪੱਥਰ ਦੇ ਕੇ ਠੱਗੀ ਮਾਰੀ ਅਤੇ ਧੰਨੇ ਨੂੰ ਗਲੋਂ ਲਾਇਆ ਸੀ। ਧੰਨਾ ਜੀ ਉਸ ਨੂੰ ਸ੍ਰਿਸ਼ਟੀ ਦਾ ਮਾਲਕ, ਸਭ ਪਦਾਰਥਾਂ ਦਾ ਦਾਤਾ ਸਮਝਦੇ ਸਨ। ਰਾਤ ਧੰਨਾ ਜੀ ਨੂੰ ਨੀਂਦ ਨਾ ਆਵੇ,
ਗੀਟੀਆਂ ਗਿਣਦਾ ਰਿਹਾ। ਕਦੋਂ ਦਿਨ ਚੜ੍ਹੇ ਤਾਂ ਜੋ ਠਾਕਰਾਂ ਦੀ ਪੂਜਾ ਕਰਕੇ ਉਹਨਾਂ ਨੂੰ ਪ੍ਰਸੰਨ ਕਰੇ। ਇਹਨਾਂ ਸੋਚਾਂ ਵਿੱਚ ਹੀ ਸਾਰੀ ਰਾਤ ਲੰਘ ਗਈ। ਅੜਕਾ ਹੋਇਆ ਪੰਡਿਤ ਜੀ ਦੇ ਕਹਿਣ ਅਨੁਸਾਰ ਆਪ ਇਸ਼ਨਾਨ ਕੀਤਾ, ਠਾਕਰ ਦਾ ਇਸ਼ਨਾਨ ਕਰਵਾਇਆ, ਰੋਟੀ ਮੱਖਣ ਸਾਗ ਅੱਗੇ ਰੱਖ ਕੇ ਬੇਨਤੀਆਂ ਕਰਨ ਲੱਗਾ ਕਿ ਭਗਵਾਨ ਜੀ ਭੋਜਨ ਛਕੋ। ਕਾਫੀ ਦੇਰ ਪਿੱਛੋਂ ਮੁੜ ਮੁੜ ਭੋਜਨ ਉੱਪਰੋਂ ਕੱਪੜਾ ਚੁੱਕ ਚੁੱਕ ਕੇ ਵੇਖਦਾ ਰਿਹਾ। ਜਦੋਂ ਭਗਵਾਨ ਜੀ ਨੇ ਭੋਜਨ ਨਾ ਛਕਿਆ ਤਾਂ ਉਦਾਸ ਹੋ ਗਿਆ। ਅੰਤ ਆਖਣ ਲੱਗਾ, ਭਗਵਾਨ ਜੀ ਮੇਰੇ ਪਾਸ ਤਾਂ ਇਹੋ ਕੁਝ ਹੈ, ਰੁੱਖਾ ਮਿੱਸਾ ਭੋਜਨ ਛਕ ਲਵੋ ਅਤੇ ਲੱਸੀ ਵੀ ਪੀ ਲਵੋ। ਇਵੇਂ ਕਾਫੀ ਸਮਾਂ ਬੇਨਤੀਆਂ ਕਰਦਿਆਂ ਲੰਘ ਗਿਆ। ਫਿਰ ਬੇਨਤੀ ਕੀਤੀ, ਮੇਰੇ ਪਾਸ ਹੋਰ ਪਦਾਰਥਾਂ ਦੀ ਕਮੀ ਹੈ। ਆਪ ਜੀ ਨੂੰ ਪੰਡਿਤ ਜੀ ਤਾਂ ਕਈ ਪ੍ਰਕਾਰ ਦੇ ਪਦਾਰਥ ਭੇਂਟ ਕਰਦੇ ਹੋਣਗੇ, ਆਪ ਜੀ ਦਾਸ ਤੇ ਮਿਹਰ ਕਰਕੇ ਦਾਸ ਨੂੰ ਨਿਵਾਜੋ ਜੀ। ਛਲ ਕਪਟ ਫਰੇਬ ਅਤੇ ਹੋਰ ਉਪਾਧੀਆਂ ਤੋਂ ਧੰਨਾ ਜੀ ਦਾ ਮਨ ਬਚਿਆ ਹੋਇਆ ਸੀ, ਆਤਮਾ ਨਿਰਮਲ ਸੀ। ਧੰਨਾ ਜੀ ਨੇ ਪ੍ਰਣ ਕਰ ਲਿਆ ਕਿ ਜੇਕਰ ਠਾਕਰ ਨਾ ਛਕਣਗੇ ਮੈਂ ਵੀ ਨਹੀਂ ਛਕਾਂਗਾ। ਇਵੇਂ ਕਾਫੀ ਸਮਾਂ ਲੰਘ ਗਿਆ। ਭਗਵਾਨ ਜੀ ਨੇ ਵਿਚਾਰਿਆ, ਜੇਕਰ ਧੰਨਾ ਜੀ ਭੁੱਖੇ ਰਹਿ ਕੇ ਮਰ ਗਏ, ਲੋਕ ਆਖਣਗੇ ਧੰਨਾ ਠਾਕਰਾਂ ਨੂੰ ਲੱਭਦਾ ਮਰ ਗਿਆ, ਭਗਤ ਅਤੇ ਭਗਵਾਨ ਜੀ ਦੀ ਨਿੰਦਿਆ ਹੋਵੇਗੀ। ਪ੍ਰੇਮ ਬੰਧਨ ਵਿੱਚ ਬੰਧੇ ਭਗਵਾਨ ਜੀ ਪੱਥਰ ਦੇ ਠਾਕੁਰ ਵਿੱਚੋਂ ਪ੍ਰਤੱਖ ਪ੍ਰਗਟ ਹੋ ਗਏ। ਧੰਨਾ ਜੀ ਨੂੰ ਗਲੇ ਲਾਇਆ, ਪ੍ਰੇਮ ਵਸ ਹੋ ਕੇ ਬਾਸੀ ਭੋਜਨ ਛਕਿਆ ਅਤੇ ਧੰਨਾ ਜੀ ਦੇ ਮੂੰਹ ਵਿੱਚ ਵੀ ਬੁਰਕੀਆਂ ਪਾਈਆਂ। ਇਸ ਪ੍ਰੇਮ ਦ੍ਰਿਸ਼ ਨੂੰ ਤੱਕ ਕੇ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ। ਧੰਨਾ ਜੀ ਅੰਦਰ ਖੁਸ਼ੀ ਦੀ ਚਰਨਾਹਟ ਛਿੜ ਗਈ। ਧੰਨਾ ਜੀ ਨੂੰ ਸਭ ਦਾਤਾਂ ਪ੍ਰਾਪਤ ਹੋ ਗਈਆਂ, ਘਰ ਵਿੱਚ ਕਿਸੇ ਪਦਾਰਥ ਦੀ ਕਮੀ ਨਾ ਰਹੀ। ਭਗਵਾਨ ਜੀ ਆਪ ਧੰਨਾ ਜੀ ਦੀ ਖੇਤੀਬਾੜੀ ਦੇ ਸਭ ਕੰਮ ਕਰਦੇ ਰਹੇ। ਗੁਰਮੁਖ ਪਿਆਰਿਓ, ਧੰਨਾ ਜੀ ਪੱਥਰ ਦੀ ਮੂਰਤੀ ਨੂੰ ਸਰਬ ਵਿਆਪਕ ਚੇਤਨ ਹਸਤੀ ਸਮਝ ਕੇ ਅਜਿਹੀ ਬਿਸਮਾਦ ਅਵਸਥਾ ਵਿੱਚ ਅੱਪੜ ਗਏ ਕਿ ਪ੍ਰਭੂ ਜੀ ਨੂੰ ਭਗਤ ਜੀ ਦੇ ਪ੍ਰੇਮ ਵਸ ਹੋ ਕੇ ਪ੍ਰਤੱਖ ਦਰਸ਼ਨ ਦੇਣੇ ਪਏ। ਇਸ ਖੇਡ ਨੂੰ ਸ਼ਰਧਾ ਪਿਆਰ ਵਾਲੇ ਟਿਕੇ ਹੋਏ ਹਿਰਦੇ ਹੀ ਸਮਝ ਸਕਦੇ ਹਨ, ਕਿਉਂਕਿ ਰੋਜ਼ਾਨਾ ਜੀਵਨ ਵਿੱਚ ਬ੍ਰਿਸ਼ ਤੋਂ ਟੁੱਟ ਕੇ ਡਿੱਗਦੇ ਫਲਾਂ ਨੂੰ ਅਤੇ ਦੇਗ ਵਿੱਚੋਂ ਨਿਕਲਦੀ ਭਾਫ਼ ਨੂੰ ਅਨੇਕਾਂ ਲੋਕਾਂ ਨੇ ਵੇਖਿਆ। ਪਰ ਜਿਸ ਤਰ੍ਹਾਂ ਨਿਊਟਨ ਨੇ ਗੁਰੂਤਾ ਦਾ ਸਿਧਾਂਤ ਤੇ ਸਟੀਵਸਨ ਨੇ ਰੇਲ ਦੇ ਇੰਜਣ ਦੀ ਕਾਢ ਦਾ ਇਕਾਗਰ ਚਿੱਤ ਹੋ ਕੇ ਅੰਦਰਲੇ ਅਨੁਭਵ ਨਾਲ ਜਗਤ ਨੂੰ ਸਾਇੰਸ ਦੇ ਖੇਤਰ ਵਿੱਚ ਕ੍ਰਿਸ਼ਮਾ ਕਰ ਵਿਖਾਇਆ, ਇਵੇਂ ਆਤਮਿਕ ਮੰਡਲ ਵਿੱਚ ਭਗਤਾਂ ਨੇ ਸ਼ਰਧਾ ਅਤੇ ਪ੍ਰੇਮ ਦੇ ਮਾਰਗ ਤੇ ਤੁਰਦਿਆਂ ਪ੍ਰਭੂ ਜੀ ਨੂੰ ਵਸ ਕਰ ਲਿਆ। ਭਗਤਾਂ ਦੇ ਪ੍ਰੇਮ ਨੇ ਪ੍ਰਭੂ ਜੀ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ। ਇੱਕ ਦਿਨ ਧੰਨਾ ਜੀ ਤਰਲੋਚਨ ਜੀ ਨੂੰ ਮਿਲੇ। ਧੰਨਾ ਜੀ ਨੇ ਤਰਲੋਚਨ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਬੇਨਤੀ ਕੀਤੀ, ਆਪ ਜੀ ਨੇ ਜਿਹੜਾ ਠਾਕਰ ਦਿੱਤਾ ਸੀ ਉਹ ਦਾਸ ਦੇ ਸਭ ਕਾਜ ਸਵਾਰਦਾ ਹੈ, ਗਊਆਂ ਚਾਰਦਾ, ਹਲ ਵਾਹੁੰਦਾ ਤੇ ਨਿੱਕੇ ਮੋਟੇ ਸਭ ਕੰਮ ਕਰਦਾ ਹੈ, ਮੇਰੇ ਵਾਂਗ ਹੀ ਲੱਸੀ ਸਾਗ ਬਾਸੀ ਰੋਟੀ ਖਾ ਲੈਂਦਾ ਹੈ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਹੁਣ ਦੱਸੋ, ਜੋ ਕੁਝ ਮੈਨੂੰ ਪ੍ਰਾਪਤ ਹੋਇਆ ਉਸ ਦਾ ਅੱਧ ਆਪ ਜੀ ਨੂੰ ਦੇਣਾ ਹੈ, ਸੋ ਦੱਸੋ ਕਿਹੜਾ ਕੰਮ ਕਾਰ ਹੈ ਜੋ ਕਰਾਉਣਾ ਹੈ। ਧੰਨਾ ਜੀ ਦੀ ਉਪਰੋਕਤ ਵਾਕਾਂ ਨੇ ਤਰਲੋਚਨ ਪੰਡਿਤ ਦਾ ਹਿਰਦਾ ਹਲੂਣ ਸੁੱਟਿਆ। ਉਸ ਨੇ ਧੰਨਾ ਜੀ ਨੂੰ ਨਿਮਰਤਾ ਪੂਰਵਕ ਬੇਨਤੀ ਕੀਤੀ, ਮੈਨੂੰ ਵੀ ਠਾਕਰ ਦੇ ਦਰਸ਼ਨ ਕਰਵਾਓ। ਧੰਨਾ ਜੀ ਆਖਣ ਲੱਗੇ,
ਪੰਡਿਤ ਤਰਲੋਚਨ ਜੀ ਆਉ ਵੇਖੋ ਭਗਵਾਨ ਜੀ ਗਊਆਂ ਚਾਰਦੇ ਖੂਹ ਵੀ ਚਲਾਉਂਦੇ ਅਤੇ ਆਪੇ ਨੱਕੇ ਮੋੜੀ ਜਾ ਰਹੇ ਹਨ ਪਰ ਆਗਿਆਕਾਰੀ ਪੰਡਿਤ ਤਰਲੋਚਨ ਨੂੰ ਪ੍ਰਭੂ ਜੀ ਦੇ ਦਰਸ਼ਨ ਨਾ ਹੋਣ ਪੰਡਿਤ ਤਰਲੋਚਨ ਦਾ ਮਨ ਵੈਰਾਗ ਨਾਲ ਭਰ ਗਿਆ ਅੱਖਾਂ ਵਿੱਚ ਹੰਝੂ ਵਹਿ ਤੁਰੇ ਆਪਣੇ ਕੀਤੇ ਗੁਨਾਹਾਂ ਦਾ ਪਛਤਾਵਾ ਕਰਨ ਲੱਗਾ ਮਨ ਵਿੱਚ ਧੰਨਾ ਜੀ ਨਾਲ ਕੀਤੇ ਫਰੇਬ ਨੂੰ ਵੀ ਮਹਿਸੂਸ ਕਰਨ ਲੱਗਾ ਬੇਨਤੀਆਂ ਕਰਨ ਲੱਗਾ ਹੇ ਕਿਰਪਾਲੂ ਦਿਆਲੂ ਬਖਸ਼ਿੰਦ ਪ੍ਰਭੂ ਜੀ ਮੈਨੂੰ ਪਾਪੀ ਅਪਰਾਧੀ ਗੁਨਾਹਗਾਰ ਅਭਾਗੇ ਨੂੰ ਵੀ ਦਰਸ਼ਨ ਦੀ ਦਾਤ ਬਖਸ਼ੋ ਜੀ ਇਵੇਂ ਬੇਨਤੀਆਂ ਕਰਦਿਆਂ ਪੰਡਿਤ ਬੇਸੁੱਧ ਹੋ ਗਿਆ ਬੇਸੁੱਧ ਪਏ ਪੰਡਿਤ ਤਰਲੋਚਨ ਨੂੰ ਵੇਖ ਕੇ ਧੰਨਾ ਜੀ ਦਾ ਮਨ ਵਿਆਕੁਲ ਹੋ ਗਿਆ ਅਤੇ ਤਰਲੋਚਨ ਨੂੰ ਦਰਸ਼ਨ ਦੇਣ ਵਾਸਤੇ ਭਗਵਾਨ ਜੀ ਪਾਸ ਬੇਨਤੀਆਂ ਕਰਨ ਲੱਗੇ ਹੇ ਮੇਰੇ ਦਿਆਲੂ ਭਗਵਾਨ ਜੀ ਤੁਹਾਡੇ ਦਰਸ਼ਨ ਮੈਨੂੰ ਤਰਲੋਚਨ ਜੀ ਦੀ ਕਿਰਪਾ ਨਾਲ ਹੋਏ ਹਨ ਹੁਣ ਆਪ ਮਿਹਰ ਕਰਕੇ ਤਰਲੋਚਨ ਜੀ ਨੂੰ ਵੀ ਦਰਸ਼ਨ ਬਖਸ਼ੋ ਜੀ ਭਗਵਾਨ ਜੀ ਨੇ ਆਖਿਆ ਧੰਨਾ ਜੀ ਤਰਲੋਚਨ ਨੂੰ ਜਾਤ ਦਾ ਅਭਿਮਾਨ ਹੈ ਹੰਕਾਰੀ ਪੁਰਸ਼ ਨੂੰ ਦਰਸ਼ਨ ਹੁਣੇ ਅਸੰਭਵ ਹਨ ਪਰ ਤਰਲੋਚਨ ਜੀ ਅਤੇ ਧੰਨਾ ਜੀ ਦੋਵੇਂ ਨਿਮਰਤਾ ਪੂਰਵਕ ਬੇਨਤੀਆਂ ਕਰਦੇ ਰਹੇ ਧੰਨਾ ਜੀ ਦੀ ਮਿਹਰ ਨਾਲ ਭਗਵਾਨ ਜੀ ਨੇ ਤਰਲੋਚਨ ਜੀ ਨੂੰ ਪ੍ਰਤੱਖ ਦਰਸ਼ਨ ਦਿੱਤੇ ਲੋਕ ਧੰਨਾ ਜੀ ਦੀ ਮਹਿਮਾ ਕਰਨ ਲੱਗੇ ਭਗਵਾਨ ਜੀ ਦੇ ਹੁਕਮ ਅਨੁਸਾਰ ਧੰਨਾ ਜੀ ਨੇ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਅਤੇ ਘਰ ਵਿੱਚ ਰਹਿ ਕੇ ਧਰਮ ਦੀ ਕਿਰਤ ਕਮਾਈ ਕਰਦਿਆਂ ਹੋਇਆਂ ਹੀ ਰਾਮ ਨਾਮ ਦਾ ਸਿਮਰਨ ਕਰਨ ਲੱਗੇ ਧੰਨਾ ਜੀ ਨੂੰ ਪ੍ਰਭੂ ਕਿਰਪਾ ਨਾਲ ਮੁਕਤੀ ਦੀ ਦਾਤ ਪ੍ਰਾਪਤ ਹੋਈ ਵੇਖ ਧੰਨਾ ਜੀ ਨੇ ਬੱਚਿਆਂ ਵਾਲੀ ਭੋਲੀ ਭਾਲੀ ਬੁੱਧ ਨਾਲ ਪ੍ਰਭੂ ਜੀ ਨੂੰ ਸੇਵਿਆ ਹੇ ਮੇਰੀ ਆਤਮਾ ਪ੍ਰਭੂ ਜੀ ਦੇ ਪ੍ਰਸੰਨ ਹੋ ਕੇ ਧੰਨਾ ਜੀ ਨੂੰ ਦਰਸ਼ਨ ਬਖਸ਼ੇ ਅਤੇ ਧੰਨਾ ਜੀ ਦੇ ਸਭ ਕਾਰਜ ਸਵਾਰੇ ਮੇਰੇ ਮਨ ਤੂੰ ਵੀ ਚੰਚਲ ਮਤ ਤਿਆਗ ਕੇ ਪ੍ਰਭੂ ਜੀ ਦੇ ਅੱਠੇ ਪਹਿਰ ਸਿਮਰਨ ਕਰ ਤੇਰੇ ਪਾਪਾਂ ਦਾ ਵੀ ਨਾਸ ਹੋ ਜਾਵੇਗਾ ਅਤੇ ਤੈਨੂੰ ਵੀ ਪ੍ਰਭੂ ਜੀ ਦੇ ਪ੍ਰਤੱਖ ਦਰਸ਼ਨਾਂ ਦੀ ਦਾਤ ਪ੍ਰਾਪਤ ਹੋ ਜਾਵੇਗੀ ਸਤਨਾਮ ਸ਼੍ਰੀ ਵਾਹਿਗੁਰੂ।